ਵੀਡੀਓ ਵੇਖ ਰਹੇ ਸਾਰੇ ਪਿਆਰੇ ਸਰੋਤੇ ਵੀਰ ਭੈਣ ਭਰਾ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹੈਗੇ ਹਾਂ ਬੁਢਾਪਾ ਪੈਨਸ਼ਨ ਦੇ ਸੰਬੰਧੀ। ਜੀ ਹਾਂ, ਜੇਕਰ ਤੁਸੀਂ ਵੀ ਆਪਣੀ ਬੁਢਾਪਾ ਪੈਨਸ਼ਨ ਜਿਹੜੀ ਆ ਲਗਾਉਣ ਦੀ ਸੋਚ ਰਹੇ ਹੋ, ਜਾਂ ਫਿਰ ਤੁਸੀਂ ਆਪਣੇ ਦਾਦਾ ਦਾਦੀ ਦੀ ਜਾਂ ਫਿਰ ਆਪਣੇ ਮਾਤਾ ਪਿਤਾ ਦੀ ਬੁਢਾਪਾ ਪੈਨਸ਼ਨ ਲਗਾਉਣ ਦੀ ਸੋਚ ਰਹੇ ਹੋ, ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲੈਣਾ, ਤਾਂ ਜੋ ਤੁਹਾਨੂੰ ਇਸ ਚੈਨਲ 'ਤੇ ਜੋ ਵੀ ਵੀਡੀਓ ਮਿਲਣ ਉਹ ਬਿਲਕੁਲ ਸਹੀ ਅਤੇ ਸਪਸ਼ਟ ਜਿਹੜੀਆਂ ਮਿਲਣ, ਅਤੇ ਤੁਸੀਂ ਆਪਣਾ ਕੀਮਤੀ ਸਮਾਂ ਅਤੇ ਆਪਣੇ ਕੀਮਤੀ ਪੈਸੇ ਜਿਹੜੇ ਆ ਬਚਾ ਸਕੋ। ਹੋਰ ਜਾਣਕਾਰੀ ਲੈਣ ਦੇ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਜੀ। ਚੈਨਲ ਨੂੰ ਸਬਸਕ੍ਰਾਈਬ ਦੇ ਬਟਨ 'ਤੇ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈਲ ਆਈਕਨ ਔਨ ਨੋਟੀਫਿਕੇਸ਼ਨ ਔਨ ਜ਼ਰੂਰ ਕਰ ਲੈਣਾ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਇੱਦਾਂ ਦੀਆਂ ਮਹੱਤਵਪੂਰਨ ਜਾਣਕਾਰੀਆਂ ਜਿਹੜੀਆਂ ਕਿਸੇ ਹੋਰ ਤੱਕ ਵੀ ਪਹੁੰਚ ਸਕਣ, ਅਤੇ ਉਹ ਵੀ ਆਪਣੇ ਕੀਮਤੀ ਪੈਸੇ ਅਤੇ ਆਪਣਾ ਕੀਮਤੀ ਸਮਾਂ ਜਿਹੜਾ ਬਚਾ ਸਕਣ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪ੍ਰੋਪਰ ਜਾਣਕਾਰੀ ਦੇਣ ਜਾ ਰਹੇ ਹੈਗੇ ਹਾਂ ਬੁਢਾਪਾ ਪੈਨਸ਼ਨ 'ਤੇ ਇੱਕ ਵੱਡੀ ਖਬਰ ਜਿਹੜੀ ਆ ਰਹੀ ਹੈਗੀ ਆ। ਇਹਦੇ ਵਿੱਚ ਦੋਸਤੋ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹੈਗੇ ਹਾਂ ਕਿ ਮਰਦਾਂ ਅਤੇ ਔਰਤਾਂ ਦੀ ਉਮਰ ਕਰ ਦਿੱਤੀ ਆ 65 ਸਾਲ ਤੋਂ ਘਟਾ ਕੇ 55 ਸਾਲ। ਕੀ ਸੱਚਮੁੱਚ ਹੀ 2500 ਰੁਪਏ ਪੈਨਸ਼ਨ ਮਿਲਿਆ ਕਰੇਗੀ ਅਗਲੇ ਮਹੀਨੇ ਤੋਂ, ਜੁਲਾਈ ਤੋਂ? ਕੀ ਸੱਚਮੁੱਚ ਹੀ 1 ਜੁਲਾਈ ਤੋਂ ਉਮਰ ਜਿਹੜੀ ਹੱਦ ਹੈ ਪੈਨਸ਼ਨ ਅਪਲਾਈ ਕਰਨ ਦੀ ਉਹ 55 ਸਾਲ ਕਰ ਦਿੱਤੀ ਆ? ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੂਰੀ ਜਿਹੜਾ ਸੱਚ ਹੈਗਾ, ਕੀ ਸੱਚ ਹੈ ਅਤੇ ਕੀ ਝੂਠ ਹੈ, ਪੂਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ। ਦੋਸਤੋ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਪੰਜਾਬ ਸਟੇਟ ਤੋਂ ਬਿਲੋਂਗ ਕਰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਹੁਣ ਅਸੀਂ ਲੈ ਚੱਲਦੇ ਹਾਂ ਜੀ ਤੁਹਾਨੂੰ ਉਸ ਯੂਟਿਊਬ ਚੈਨਲ 'ਤੇ ਜਿੱਥੇ ਕਿ ਉਹਨਾਂ ਨੇ ਕਿਹਾ ਹੈਗਾ ਕਿ ਸਰਕਾਰ ਵੱਲੋਂ ਜੀ ਉਮਰ ਜਿਹੜੀ ਆ ਘਟਾ ਦਿੱਤੀ ਗਈ ਆ। ਕਿ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਆਇਆ, ਤਾਂ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਜੀ ਥੰਬਨੇਲ 'ਤੇ। ਯੂਟਿਊਬ 'ਤੇ ਇੱਕ ਦਿਨ ਹੋਇਆ, ਇੱਕ ਦਿਨ ਪਹਿਲਾਂ ਜਿਹੜਾ ਇਹ ਵੀਡੀਓ ਅਪਲੋਡ ਕੀਤਾ ਗਿਆ। ਯੂਟਿਊਬ 'ਤੇ ਟਾਈਮ ਹੈਗਾ ਜੀ ਇਹਦਾ 7:41 ਦਾ, ਅਤੇ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਵੀਡੀਓ ਅਪਲੋਡ ਕੀਤਾ ਸੀ ਕਿ 30 ਜੂਨ ਤੋਂ ਪਹਿਲਾਂ ਤੁਸੀਂ ਇਹ ਕੰਮ ਕਰ ਲਓ। ਇਹ ਦੋ ਵੀਡੀਓ ਜਿਹੜੀਆਂ ਸੀ ਇਹ ਯੂਟਿਊਬ ਚੈਨਲ 'ਤੇ ਅਪਲੋਡ ਕੀਤੀਆਂ ਗਈਆਂ ਸੀ। ਚਲੋ ਅਸੀਂ ਚੈਨਲ ਜਿਹੜਾ ਨਾਮ ਹੈ ਉਹ ਮੈਨਸ਼ਨ ਨਹੀਂ ਕਰਾਂਗੇ, ਪਰ ਹੋ ਸਕਦਾ ਕਿ ਤੁਸੀਂ ਵੀ ਇਹ ਥੰਬਨੇਲ ਦੇਖਿਆ ਹੋਵੇ। ਇਹਦੇ ਵਿੱਚ ਦੇਖੋ ਕਿ ਇਹਨਾਂ ਨੇ ਲਿਖਿਆ ਹੋਇਆ ਕਿ ਉਮਰ ਜਿਹੜੀ ਆ ਘਟਾ ਦਿੱਤੀ ਹੈ 65 ਤੋਂ 55 ਸਾਲ ਕਰ ਦਿੱਤੀ ਆ। ਇੱਧਰ ਇਹਨਾਂ ਨੇ ਦੂਜੇ ਵੀਡੀਓ ਵਿੱਚ ਇਹਨਾਂ ਨੇ ਦੱਸਿਆ ਹੋਇਆ ਲੋਕਾਂ ਨੂੰ ਕਿ ਰਾਸ਼ਨ ਕਾਰਡ ਜਿਹੜੇ ਆ ਬੰਦ, ਪਰ ਸਾਨੂੰ ਇਹ ਸਮਝ ਨਹੀਂ ਲੱਗਦੀ ਕਿ ਨੋਟੀਫਿਕੇਸ਼ਨ ਕਿੱਥੇ ਆ। ਦੇਖਰ ਤੁਸੀਂ ਕਿ ਸੀਐਮ ਮਾਨ ਨੇ ਆਪਣੇ ਮੂੰਹੋਂ ਤਾਂ ਨਹੀਂ ਬੋਲਿਆ ਹੈਗਾ ਕਿ ਵੱਡਾ ਐਲਾਨ ਜਿਹੜਾ ਕੀਤਾ। ਸੋ ਦੋਸਤੋ ਦੇਖੋ, ਇੱਕ ਇਹਨਾਂ ਨੇ ਇਹ ਵੀ ਬਿਲਕੁਲ ਵੇਖਿਆ ਬੁਢਾਪਾ, ਵਿਧਵਾ, ਅੰਗਹੀਣ ਅਤੇ ਬੇਸਹਾਰਾ ਦੀ ਉਮਰ। ਦੇਖੋ ਜੀ, ਜਿਹੜਾ ਅੰਗਹੀਣ ਬੰਦਾ ਉਹਦੀ ਉਮਰ 10 ਸਾਲ ਵੀ ਹੋ ਸਕਦੀ ਆ, ਛੋਟਾ ਬੱਚਾ ਵੀ ਹੋ ਸਕਦਾ, ਬੇਸਹਾਰਾ ਜਿਹੜਾ ਛੋਟਾ ਬੱਚਾ ਵੀ ਹੋ ਸਕਦਾ। ਕਿ ਬੇਸਹਾਰੇ ਦੀ 55 ਸਾਲ ਉਮਰ ਹੋਏਗੀ ਉਦੋਂ ਪੈਨਸ਼ਨ ਲੱਗੇਗੀ? ਇਹ ਜਿਹੜਾ ਵੀਡੀਓ ਯੂਟਿਊਬ 'ਤੇ ਪਾਇਆ ਗਿਆ, ਪਰ ਉਸ ਵਿਅਕਤੀ ਨੇ ਇਹ ਨਹੀਂ ਸੋਚਿਆ ਹੈਗਾ, ਉਸ ਯੂਟਿਊਬਰ ਨੇ ਅੱਖਾਂ ਮੀਟ ਕੇ ਵੀਡੀਓ ਪਾਇਆ ਹੈਗਾ। ਉਹ ਕੁਛ ਸਾਡੇ ਵੀ ਥੰਬਨੇਲ ਕਾਪੀ ਕਰਕੇ ਚਲੋ ਵੀਡੀਓ ਪਾਉਂਦਾ ਹੈਗਾ, ਪਰ ਦੇਖੋ ਕਿ ਇਹਦੇ ਵਿੱਚ ਜਾਂ ਤਾਂ ਉਹ ਦੱਸੇ ਨਾ ਕਿ ਨੋਟੀਫਿਕੇਸ਼ਨ ਕਿੱਥੇ ਹੈਗਾ, ਨੋਟੀਫਿਕੇਸ਼ਨ ਵੀ ਨਹੀਂ ਦੱਸਿਆ ਹੋਇਆ। ਇਹ ਦੇਖੋ ਉਹਨਾਂ ਨੇ ਇਹ ਵੀ ਲਿਖਿਆ 2500 ਰੁਪਏ ਪੈਨਸ਼ਨ, ਕਿ ਸਰਕਾਰ ਵੱਲੋਂ ਅਜੇ ਤਾਂ ਕੋਈ ਨੋਟੀਫਿਕੇਸ਼ਨ ਆਇਆ ਨਹੀਂ ਹੈਗਾ, ਪਰ ਇਹਨਾਂ ਨੇ ਦੇ ਦਿੱਤਾ ਹੈਗਾ ਕਿ 2500 ਰੁਪਈਏ ਪੈਨਸ਼ਨ। ਹੁਣ ਇਹਦੇ ਵਿੱਚ ਨੀਚੇ ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਜਿਹੜਾ ਨਹੀਂ ਆਇਆ ਹੈਗਾ, 65 ਸਾਲ ਤੋਂ ਕੋਈ ਵੀ ਉਮਰ 55 ਸਾਲ ਨਹੀਂ ਕੀਤੀ ਗਈ ਹੈਗੀ। ਠੀਕ ਹੈ,
ਸੋ ਦੇਖੋ ਕਿ ਜਦੋਂ ਸਰਕਾਰ ਵੱਲੋਂ ਜਦੋਂ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆ ਜਾਂਦਾ ਹੈਗਾ ਉਦੋਂ ਤੱਕ ਕੋਈ ਵੀ ਵਿਅਕਤੀ ਕਿਸੇ 'ਤੇ ਕਿਸੇ ਯੂਟਿਊਬਰ 'ਤੇ ਵਿਸ਼ਵਾਸ ਨਾ ਕਰੇ, ਕਿਉਂਕਿ ਯੂਟਿਊਬਰ 'ਤੇ ਅੱਜ ਕੱਲ੍ਹ ਕੁਛ ਝੂਠੀਆਂ ਵੀਡੀਓ ਵੀ ਜਿਹੜੀਆਂ ਅਪਲੋਡ ਕੀਤੀਆਂ ਜਾ ਰਹੀਆਂ ਨੇ। ਸੋ ਇੱਕ ਤਾਂ ਇਹਨਾਂ ਨੇ ਵੀਡੀਓ ਅਪਲੋਡ ਕੀਤੀ ਸੀ ਨਵੇਂ ਰਾਸ਼ਨ ਕਾਰਡ ਜਿਹੜੇ ਸ਼ੁਰੂ, ਕੋਈ ਵੀ ਨਵਾਂ ਰਾਸ਼ਨ ਕਾਰਡ ਅਪਲਾਈ ਹੋਣਾ ਦੋਸਤੋ ਅਜੇ ਤੱਕ ਸ਼ੁਰੂ ਨਹੀਂ ਹੋਇਆ ਹੈਗਾ, ਸਿਰਫ ਅਪਡੇਟ ਦਾ ਕੰਮ ਜਿਹੜਾ ਆ ਹੋ ਰਿਹਾ ਹੈਗਾ, ਠੀਕ ਆ ਜੀ। ਬਾਕੀ ਤੁਹਾਨੂੰ 30 ਜੂਨ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਜਿਹੜਾ ਕਰਨ ਦੀ ਲੋੜ ਨਹੀਂ ਹੈਗੀ, ਕੋਈ ਫਾਈਲ ਵਗੈਰਾ ਭਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਕੋਈ ਪੰਜਾਬ ਦੇ ਵਿੱਚ KYC ਜਿਹੜੀ ਆ ਨਹੀਂ ਕੀਤੀ ਜਾ ਰਹੀ, ਠੀਕ ਆ। ਜਦੋਂ KYC ਸ਼ੁਰੂ ਹੋਏਗੀ ਅਸੀਂ ਦੱਸਾਂਗੇ। ਹਾਂ, 30 ਜੂਨ ਤੱਕ ਤੁਸੀਂ ਜ਼ਰੂਰੀ ਕੰਮ ਜਿਹੜੇ ਹੈਗੇ ਜਿਹਨਾਂ ਨੇ ਰਾਸ਼ਨ ਕਾਰਡ ਵਿੱਚੋਂ ਨਾਮ ਕਟਵਾਉਣੇ ਨੇ ਉਹ ਕਟਵਾ ਸਕਦੇ ਹੋ, ਕੁਛ ਨਵੇਂ ਨਾਮ ਐਡ ਕਰਵਾਉਣੇ ਨੇ ਉਹ ਕਰਵਾ ਸਕਦੇ ਹੋ। ਉਹ ਵੀਡੀਓ ਅਸੀਂ ਵੀ ਅਪਲੋਡ ਕੀਤਾ ਹੋਇਆ, ਪਰ ਅਸੀਂ ਇਹ ਨਹੀਂ ਕਿਹਾ ਹੋਇਆ ਕਿ ਰਾਸ਼ਨ ਕਾਰਡ ਬੰਦ ਹੋ ਜਾਏਗਾ, ਨਹੀਂ, ਇੱਦਾਂ ਦਾ ਕੁਛ ਨਹੀਂ ਹੋਏਗਾ। ਡੇਟ ਜਿਹੜੀ ਆ ਐਕਸਟੈਂਡ ਜਿਹੜੀ ਸਰਕਾਰ ਵੱਲੋਂ ਕਰ ਦਿੱਤੀ ਜਾਵੇਗੀ। ਦੋਸਤੋ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਨੂੰ ਇੱਦਾਂ ਦੇ ਕੁਛ ਥੰਬਨੇਲ ਮਿਲ ਰਹੇ ਹੈਗੇ ਨੇ ਤੁਸੀਂ ਇਗਨੋਰ ਕਰੋ। ਅਜੇ ਤੱਕ ਸਰਕਾਰ ਨੇ 65 ਸਾਲ ਤੋਂ ਉਮਰ ਜਿਹੜੀ ਆ 55 ਸਾਲ ਨਹੀਂ ਕੀਤੀ, ਠੀਕ ਹੈ ਜੀ। ਸੋ ਅੱਜ ਦੀ ਵੀਡੀਓ 'ਚ ਇੰਨਾ ਹੀ, ਧੰਨਵਾਦ।